ਆਪਾਂ ਚੱਲੇ ਹਾਂ ਦੁੱਧ ਲੈਣ। ਹੁਣ ਤੁਹਾਨੂੰ ਦਿਖਾਉਂਦੇ ਹਾਂ ਥੋੜ੍ਹਾ ਜਿਹਾ ਬਾਜ਼ਾਰ ਦੀ ਝਲਕੀ, ਅਤੇ ਜਿਹੜੀ ਡੈਰੀ 'ਤੇ ਆਪਣਾ ਦੁੱਧ ਲੱਗਿਆ ਉਹ ਡੈਰੀ, ਠੀਕ ਹੈ ਜੀ। ਇਹ ਆਪਣੀ ਗਲੀ ਹੈ, ਆਹ ਸਾਹਮਣੇ ਬਾਜ਼ਾਰ ਦਿਖ ਰਿਹਾ ਗਾ। ਗੁਰਲੀਨ ਕਿਹੜਾ ਗਾਂ ਦਾ ਕੇ ਮੱਝ ਦੁੱਧ ਲੈਣ ਚੱਲੀ ਹੈ, ਗੁਰਲੀਨ ਨੂੰ ਵੀ ਦੁੱਧ ਲੈਣਾ ਗਾ। ਅਤੇ ਵਿਖਾਉਂਦੇ ਹਾਂ ਤੁਹਾਨੂੰ ਡੈਰੀ, ਧਰਮਸ਼ਾਲਾ। ਧਰਮਸ਼ਾਲਾ ਦੇ ਨਾਲ ਹੀ ਆਪਣੇ ਘਰ ਨੂੰ ਗਲੀ ਮੁੜਦੀ ਹੈ। ਅਤੇ ਆ ਗਈ ਸਾਹਮਣੇ ਡੈਰੀ, ਜਿਹੜੀ ਡੈਰੀ 'ਤੇ ਆਪਣਾ ਦੁੱਧ ਲੱਗਿਆ। ਇਹ ਡੈਰੀ ਆ, ਸਬਜ਼ੀ ਵਾਲੀ ਦੁਕਾਨ ਆ ਜਿੱਥੋਂ ਸਬਜ਼ੀ ਲਈਦੀ ਆ, ਉਹ ਫੋਟੋਗ੍ਰਾਫਰ। ਅਤੇ ਆ ਦੇਖੋ ਬਾਜ਼ਾਰ, ਇਹ ਬਾਜ਼ਾਰ ਨਾ ਸਾਡਾ ਗੋਲ ਹੀ ਆ। ਇੱਥੋਂ ਤੁਰੋਂਗੇ ਘੁੰਮ ਕੇ, ਇੱਥੇ ਹੀ ਦੁਬਾਰਾ ਫਿਰ ਆ ਜਾਓਗੇ ਤੁਸੀਂ। ਹੁਣ ਗੇੜਾ ਕੱਢਣ ਜਾ ਰਹੇ ਆ ਬਾਹਰ ਬਿਨਾਂ ਰੋਟੀ ਖਾਧੇ ਤੋਂ। ਅੱਛਾ, ਬ੍ਰੈਡ ਹਜ਼ਮ ਕਰਨੇ ਆ, ਬ੍ਰੈਡ ਹਜ਼ਮ ਕਰਨੇ ਆ। ਕੋਮਲਾ ਸਵੇਰ ਦਾ ਮੀਂਹ ਪਈ ਜਾਂਦਾ, ਉੱਠਣ ਤੋਂ ਪਹਿਲਾਂ ਦਾ ਹੀ ਮੇਰੇ ਹਿਸਾਬ ਨਾਲ ਰਾਤ ਦਾ ਹੀ ਪਈ ਜਾਂਦਾ ਕਹਿਣ ਦਾ ਭਾਵ। ਸਵੇਰੇ ਦਾ ਪਿਆ, ਸਵੇਰੇ ਸ਼ੁਰੂ ਹੋਇਆ ਸੀ ਸਵੇਰੇ 5-6 ਵਜੇ ਨਾਲ ਪਤਾ ਨਹੀਂ ਸ਼ੁਰੂ ਹੋਇਆ। ਹਾਂ ਚਲੋ 5-6 ਵਜੇ ਤੱਕ ਲਾ ਲਿਓ। ਅਤੇ ਰਮਨ ਕਹਿੰਦੀ ਅੱਜ ਕੁਛ ਖਾਣ ਨੂੰ ਦਿਲ ਕਰਦਾ ਕਰਾਰਾ, ਅਤੇ ਫਿਰ ਮੈਂ ਬ੍ਰੈਡ ਲਿਆ ਕੇ ਦਿੱਤੇ ਆ। ਅਤੇ 100-100 ਚੱਕ ਲਿਆਉਣੀ ਚਾਹੀਦੀ, ਇਹ ਨਹੀਂ ਉਹ ਚੱਕ ਲਿਆਉਣੀ ਸੜੀਆਂ ਹੋਣਾ 100-100 ਆਉਂਦੀਆਂ, ਕੀ ਪਤਾ ਕਦੋਂ ਦੀ ਬਣੀ ਹੁੰਦੀ ਹੈ। ਨਹੀਂ ਨਹੀਂ ਮੈਂ ਆਪਾਂ ਵਧੀਆ ਹੋਟਲ ਤੋਂ ਲਿਆਇਆ ਕਰਮੇ ਦਿਓ, ਮੇਰੇ ਵਿਆਹ ਵੇਲੇ ਵੀ ਉਹੀ ਸੀਗਾ। ਮੈਂ ਤਾਂ ਸੋਸ ਸੂਸ ਲੈਣੀ ਨਹੀਂ, ਤੂੰ ਕੁਝ ਨਹੀਂ ਖਾ ਲਾ ਬੰਦਾ। ਅੱਛਾ ਜੀ, ਟਾਈਮ ਹੋ ਗਿਆ, ਸੋ ਕੇ ਉੱਠੀ ਸੀ, ਬੜੀ ਨੀਂਦ ਆ ਰਹੀ ਸੀ, ਭੁੱਖ ਲੱਗ। ਹਾਂ ਟਾਈਮ ਹੋ ਗਿਆ, ਬਹੁਤ ਘੱਟ ਹੋਇਆ ਟਾਈਮ ਹਜੇ ਤਾਂ। ਕੀ ਟਾਈਮ ਹੋ ਗਿਆ? 5:30 4 ਵਜੇ ਉੱਠੀ ਮੈਂ। ਅੱਛਾ 4 ਵਜੇ ਦੀ ਉੱਠੀ ਵੀ ਆ, ਠੀਕ ਆ, ਚਲੋ ਵਧੀਆ ਗੱਲ। ਜਦੋਂ ਚਾਹ ਪੀ ਦਿਓ ਤਾਂ ਫੋਨ ਹੀ ਤਾਂ ਕਰਦੀ ਸੀ ਮੈਂ। ਅੱਛਾ ਅੱਛਾ, ਠੀਕ, ਮੈਂ ਚਾਹ 'ਤੇ ਆ ਗਿਆ। ਮੈਂ ਤਾਂ ਆਈ ਖਾ ਲੈਣਾ, ਮੈਂ ਚਟਨੀ ਚੁਟਨੀ ਨਹੀਂ ਖਾਂਦਾ ਹੁੰਦਾ, ਖੱਟਾ ਬੰਦ ਆ ਪਹਿਲਾਂ ਤਾਂ ਮੇਰਾ ਵਾਸਤੇ। ਤੇ ਕੀੜੀਆਂ ਮੈਂ ਕੱਢ ਕੇ ਆਇਆ ਗਾ, ਹੋਰ ਲਾ ਕੀੜੀਆਂ ਨਹੀਂ ਹੈ ਨਾ, ਅਜੀਬ ਜੀਆਂ ਉਹ ਹੀ ਹੈ ਕੀੜੀਆਂ, ਪੂਰੀ ਕੀੜੀ ਹੈ। ਪੀਸ ਕਰ ਲਿਆ ਵੱਡੀ ਸਾਰੀ ਜਿਹੜੀ ਮੋਟੀ ਜੀ ਆ। ਰਮਣਾ ਰਮਣ ਦਾ ਕਹਿੰਦੇ ਖੂਨ ਨਾ ਉਹਦੇ ਨਾਲ ਬਣੂਗਾ ਗੁੜ ਨਾਲ, ਤੇ ਤਾਂ ਕਰਕੇ ਮੈਂ ਗੁੜ ਲਿਆਉਂਦਾ ਅੱਜ ਫਿਰ। ਮੈਂ ਤਾਂ ਮੈਂ ਕੀ ਕਹਿੰਦੇ ਹੁੰਦੇ ਦਾ 100 ਵੀ ਕ੍ਰਿਸਮਸ ਕਹਿੰਦੇ ਆ, ਅਤੇ ਉਹ ਮੈਂ ਰਾਤ ਨੂੰ ਭਿਉਂ ਕੇ ਰੱਖ ਦਿੰਦਾ, ਉਹਨੂੰ ਸੁਬਾਹ ਖਵਾ ਦੇ ਦੀ ਆ। ਅਤੇ ਆਹ ਪਲੇਟ ਝਾੜ ਕੇ ਲਿਆ, ਇਹ ਦੇਖੋ ਹੁਣ ਚਾਕੂ ਹੈ ਤੁਹਾਡੇ ਪਾਸ, ਰਮਣ ਇੱਥੇ ਪਲੇਟ ਪਈ ਆ, ਉਹ ਝਾੜ ਕੇ ਲਿਆ, ਉਹਦੇ 'ਚ ਕੀੜੀਆਂ, ਉਹਦੇ 'ਚ ਕੱਟੂੰਗਾ ਮੈਂ ਗੁੜ। ਹਾਂ ਇਹਨੂੰ ਝਾੜ ਦੇ, ਉਹਦੇ ਵਿੱਚ ਸੈਂਖ ਦੇ ਵਿੱਚ ਝਾੜ ਦੇ। ਲਿਆਦੀ ਕੀੜੀਆਂ ਨਹੀਂ ਆ, ਪਤਾ ਨਹੀਂ ਹੋਰ ਹੀ ਕੁਝ ਪੰਜਾਬ ਵਾਲੀਆਂ ਕੀੜੀਆਂ, ਤੁਸੀਂ ਹੈਗੇ ਦਿੱਲੀ ਵਾਲੇ ਕੀੜੇ, ਦਿੱਲੀ ਵਾਲੇ ਆ ਐਂ ਡੇਲੀ ਪੈਂਦੀਆਂ ਮੇਰੇ ਭੈਣੇ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ। ਲੈ ਉਹ ਤਾਂ ਟੁੱਟ ਰਹੀ ਨਹੀਂ, ਜਾਂ ਦਾਂ ਜਾਣ ਹੀ ਨਹੀਂ ਹੈਗੀ, ਚਾਕੂ ਨਾ ਤੋੜ ਦਿਓ, ਹਜੇ ਤਾਂ ਕਦੀ ਜਾਣ ਹੈ ਹੀ ਨਹੀਂ।
ਪਲੇਟ ਵੀ ਤੋੜ ਲੂੰਗਾ ਨਾਲੇ ਤੁਸੀਂ। ਮੈਂ ਪਲੇਟ ਤੋਂ ਤਾਂ ਡਰਦਾ ਨਹੀਂ, ਜਾਣਦਾ ਬਹੁਤ ਆ। ਇਹ ਪਤਾ ਕਿਵੇਂ ਰਗਿਆ ਜਦੋਂ ਤੁਸੀਂ ਲਿਆਂਦਾ ਸੀ ਨਾ, ਇਹਦੇ ਚ ਪੇਚਕਾ ਪਿਆ ਸੱਚ, ਪੇਚਕਾ ਫੜਾ। ਨਹੀਂ 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 ਪੇਚਕਾ ਫੜਾ, ਜਦੋਂ ਤੁਸੀਂ ਲਿਆਂਦੀ ਨਹੀਂ ਥੋੜੀ ਲੈ ਲਓ ਆ ਭਾਈ। ਇੱਧਰ ਪੌਣੇ ਤੇ ਪਿਆ, ਮੈਂ ਦਿੰਨੀ ਆ ਮੋਟੇ, ਮੈਂ ਦਿੰਨੀ ਆ ਇਹਨੂੰ ਤੇ ਅੜਾ ਦਾ ਇੱਕ ਮਿੰਟ। ਗੰਡਾਸੀ ਵੀ ਪਈ ਜੇ, ਗੰਡਾਸੀ ਆ ਗਈ ਤੁਹਾਡੀ, ਤੁਹਾਡੀ ਗੰਡਾਸੀ ਆ ਗਈ ਨਜ਼ਰ ਆਏ ਮੋਟੇ। ਨਵੇਂ ਵਾਲਾ ਪੇਚਕਸ ਨਾ ਉੱਪਰ ਪਿਆ। ਤੇ ਹੁਣ ਮੈਂ ਗੁੜ ਭੰਨਣ ਦੀ ਬਿਲਕੁਲ ਤਿਆਰੀ ਚ ਆ। ਇਹਨੂੰ ਪਹਿਲੇ ਸਾਫ਼ ਕਰੋ, ਐਵੇਂ ਨੀ ਉਹ ਹੋਰ ਜਗ ਹੋਇਆ ਪਿਆ। ਡਿੱਬੇ 'ਚ ਪਾ ਦੇਣਾ ਉਹਦੇ 'ਚ ਛੋਟੇ ਛੋਟੇ ਪੀਸ ਕਰਕੇ। ਮੈਂ ਉੱਪਰ ਨਹੀਂ ਰੱਖ ਰਹੀ ਹਜੇ, ਉਹ ਥੋੜ੍ਹੀ ਥੋੜ੍ਹੀ ਮੈਨੂੰ ਲੱਗ ਰਹੀ। ਮੈਂ ਪਤਾ ਕੀ ਗੱਲ, ਆਪਦੇ ਮੂੰਹ ਦੇ ਹਿਸਾਬ ਨਾਲ ਪੀਸ ਰੱਖਣੇ ਆ। ਜ਼ਿਆਦਾ ਵੱਡੇ ਵੀ ਨਾ ਪਾਏ ਉਹ ਨਾ, ਕਿ ਤਾਂ ਡੱਬੇ 'ਚ ਪਾਵੇ ਆਏ ਨਾ ਸਾਰਾ ਤਾਂ ਆਉਣਾ ਵੀ। ਚਲੋ ਐਵੇਂ ਕਟਿੰਗ ਹੁੰਦੀ ਰਹੇਗੀ। ਹੋਈ ਰੋਟੀ ਖਾ ਕੇ ਆ ਗਏ, ਲੈ ਕੇ ਆ ਗਏ। ਆ ਪਲੇਟ ਮੇਰੀ ਹੈ ਗਿੱਲੀ ਜੀ? ਗਿੱਲੀ ਜੀ ਕਿੱਥੇ ਆ? ਗਿੱਲੀ ਆ, ਗਿੱਲੀ ਨਹੀਂ ਆ, ਸ਼ਾਈਨਿੰਗ ਆ। ਸ਼ਾਈਨਿੰਗ ਨਹੀਂ ਗੀ, ਗਿੱਲੀ ਆ। ਹੁਣ ਕੱਪੜਾ ਮਾਰ ਲੈ। ਆ ਦੇਖ ਸ਼ਾਈਨਿੰਗ ਹੀ ਦੱਸਦੀ ਆ, ਆ ਚੁੱਕੀ ਆ। ਅਰਬੀ ਬਣਾਈ ਸੀ, ਖੀਰੇ ਚੀਰੇ ਪਏ ਆ, ਆਹ ਮੇਰੀ ਰੋਟੀ ਪਈ ਆ, ਆਹ ਰਮਨ ਦੀ ਪਈ ਆ। ਆਪਾਂ ਰਮਨ ਦੀ ਰੋਟੀ ਚੋਰੀ ਕਰ ਲੈਂਦੇ ਹਾਂ, ਆਪੇ ਹੋਰ ਲਿਆਓ ਆਪਦੀ, ਠੀਕ ਹੈ ਜੀ। ਅਤੇ ਅੱਜ ਮੀਂਹ ਬਹੁਤ ਜ਼ਿਆਦਾ ਪਿਆ, ਇਸ ਕਰਕੇ ਅੱਜ ਏਸੀ ਬੰਦ, ਠੰਡ ਹੋ ਚੱਲੀ ਆ, ਤਾਂ ਕਰਕੇ ਏਸੀ ਬੰਦ।